Assalamualaikum, Assalamualaikum. Assalamualaikum. And welcome back to our channel. मैं हूं अलीजा. मैं हूं मिसबा. मैं हूं अजमल. So guys, I hope आप सारे वधिया होगे, ठीक ठाक हो, हमेशा खुश रहो और आप ते मेरे. बिल्कुल guys, आप ते मेरे के दिन रात रखिए, करो सारी वीडियो इस तरह लाइक, शेयर, कमेंट एंड सब्सक्राइब करो, अपना बहुत सारा ख्याल रखो. ते आज असि ताडे लिए एक इंग्लिश सॉन्ग है, पता नहीं उनसानू भी समझ आंदी है कि नहीं आंदी, जो कि स्पेशली देखण वाला आया है कि वो शूट किथे कीता गया है, उहदी वीडियो किदां दी है. नो डाउट के काफी ज्यादा व्यूअर्स नू पता ही होएगा, लेकिन एक प्रॉपर जो वीडियो है वो तो हाई असी नहीं देखी, सिर्फ छोटे छोटे क्लिप देखे ने टिकटॉक पे. सो आओ फिर सुनने हैं सॉन्ग. सॉन्ग का नेम है हीलिंग, ते सिंगर ने आई थिंक ट्यून वेन, पता नहीं की आ इदा करके इन्हों का नाम है, रैपर ने. सो आओ देखने हैं जी अज वाला गाना किदा का है, उसकी वीडियो स्पैशली वेखने वाली है साढ़े वास्ते. सो कर दें वीडियो स्टार्ट. ਬਿਲਕੁਲ ਜੀ, ਕਦੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਕਲਿੱਕ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਮਿਲਦਾ ਰਹੇ. ਇਸ ਵਾਲਾ ਸਟਾਰਟ ਨਾਓ ਵੀਡੀਓ. ਇੰਡੀਆ ਆਈ 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 ਇਫ ਯੂ ਡੋਨਟ ਐਮ ਮਸ ਫੀਲ ਇਟ ਫੀਲ ਇਟ ਓਲ ਦੈਟ ਟਾਈਮ ਆ ਸਪੈਂਟ ਔਨ ਰੋਡਸ ਆਮ ਹੀਲ in a ding-dong scheming, but they wanna take my freedom. Fuck yourself, go suck yourself. I said it, I mean it. Hey, what? Hey, what? Before the TikTok shit, I had to flip the script, call prep, then I give mad bitches. TV, I don't fuck with snitches. From Rambo, blazing kitchens. Nearly cried my first six figures. Funny how I came when I danced laughing. I said I'm home with stitches. It's funny how things change. Clothes on plows on slippers. 20 pads on my shooter. 15 bags on my missus. I made me a the lifestyle. Then I know I came up with killers. Got my back, that's bro. Got my back like bitch. I'm for two longs, all four semis. I ain't you more than a meal with Terry. I really don't need guns and Eddie. What's that? Big smoke like Skip. Full clip. Used to be my OG, the loser. I be rip, tight. I'm just trying my shooter. If you don't aim, must feel it. All that time I spent on the road, I'm healing. I was in a ding dong scheme. But they wanna take my freedom. Fuck yourself, go suck yourself. ਕਾਫੀ ਪੁਰਾਣੀ ਦੋਸਤੀ ਹੈ ਸਿੱਧੂ ਮੂਸੇਵਾਲਾ ਜੀ ਨਾਲ. ਸੋ ਅਸੀਂ ਤੇ ਇਹਨਾਂ ਨੂੰ ਫਸਟ ਟਾਈਮ ਹੀ ਸੁਣ ਰਹੇ ਹਾਂ, ਫਸਟ ਟਾਈਮ ਹੀ ਦੇਖ ਰਹੇ ਹਾਂ. ਰੈਪ ਦੀ ਜੋ ਹੈ ਮਤਲਬ ਸਮਝ ਤੇ ਆਈ ਨਹੀਂ ਕੀ ਗਾਇਆ, ਤੇ ਲੇਕਿਨ ਜੋ ਸਾਡੇ ਲਈ ਵੇਖਣ ਵਾਲੀ ਸੀ ਕਿ ਉਹ ਸਿੱਧੂ ਮੂਸੇਵਾਲਾ ਜੀ ਨੂੰ ਮਤਲਬ ਪਿੰਡ ਆਏ ਨੇ, ਉੱਥੇ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਇਮੋਸ਼ਨ ਜੋ ਨੇ ਉਹ ਸਮਝ ਆਏ ਨੇ, ਲਿਰਿਕਸ ਨਹੀਂ ਸਮਝ ਆਏ ਕਿਉਂਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਇੱਥੇ ਨੇ ਮੈਨੂੰ ਇੱਕ ਲਿਰਿਕਸ ਸਿੱਧੂ ਮੂਸੇਵਾਲਾ ਜੀ ਦਾ ਲਿਰਿਕਸ ਯਾਦ ਆ ਰਹੇ ਨੇ ਕਿ ਹੋਇਆ ਕਿ ਜੱਟਾ ਜੇ ਤੂੰ ਜਹਾਨੂੰ ਤੁਰਿਆ ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਰਹੂਗਾ, ਮਤਲਬ ਏਦਾਂ ਲਿਰਿਕਸ ਨੇ ਉਹਨਾਂ ਦੇ. ਤੇ ਦੇਖ ਲਓ ਤੁਸੀਂ ਕਿ ਗੋਰੇ ਕਾਲੇ ਜੋ ਨੇ ਉਹ ਆ ਕੇ ਉੱਥੇ ਸਪੋਰਟ ਕਰ ਰਹੇ ਨੇ, ਗਾਣਾ ਬਣਾ ਰਹੇ ਨੇ, ਟ੍ਰਿਬਿਊਟ ਕਰ ਰਹੇ ਨੇ, ਸਿੱਧੂ ਮੂਸੇਵਾਲਾ ਜੀ ਨੂੰ ਦਿਖਾ ਰਹੇ ਨੇ, ਲੇਕਿਨ ਉੱਥੇ ਹੀ ਜੋ ਹੈ ਚੰਦ ਸਾਡੇ ਆਪਣੇ ਹੀ ਜੋ ਮਤਲਬ ਉਸ ਪਿੰਡ ਦੇ ਨੇ, ਉਸ ਇਲਾਕੇ ਦੇ ਨੇ, ਉਸ ਮੁਲਕ ਦੇ ਨੇ, ਉਹ ਨਹੀਂ ਸੀ ਉਹਨਾਂ ਨੂੰ ਅੱਛਾ ਸਮਝਦੇ ਜਾਂ ਹੁਣ ਵੀ ਨਹੀਂ ਸਮਝਦੇ.
ਸੋ ਓਵਰਆਲ ਗਾਣਾ ਬਹੁਤ ਜ਼ਿਆਦਾ ਅੱਛਾ ਸੀ, ਬਹੁਤ ਜ਼ਿਆਦਾ ਮਜ਼ੇਦਾਰ, ਬਹੁਤ ਜ਼ਿਆਦਾ ਕਮਾਲ। ਐਂਡ ਆਈ ਥਿੰਕ ਜੋ ਸਿੱਧੂ ਮੂਸੇਵਾਲੇ ਜੀ ਨੂੰ ਅੱਛਾ ਨਹੀਂ ਸਮਝਦੇ, ਉਹਨਾਂ ਦੇ ਸਿੰਗਿੰਗ ਨੂੰ ਅੱਛਾ ਨਹੀਂ ਸਮਝਦੇ, ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਨੁਕਸਾਨ ਨਹੀਂ ਕਰ ਰਹੇ, ਉਹ ਖੁਦ ਦਾ ਨੁਕਸਾਨ ਕਰ ਰਹੇ ਨੇ ਕਿ ਕਿਸੇ ਅੱਛੇ ਇਨਸਾਨ ਦੇ ਬਾਰੇ 'ਚ ਗਲਤ ਨੈਗੇਟਿਵਿਟੀ ਰੱਖ ਕੇ ਆਪਣੇ ਦਿਮਾਗ 'ਚ। ਸੋ ਓਵਰਆਲ ਗਾਣੇ ਦੀ ਸਮਝ ਨਹੀਂ ਆਈ, ਹੁਣ ਇਹ ਨਹੀਂ ਕਹਿ ਸਕਦੇ ਕਿ ਗਾਣਾ ਬਹੁਤ ਜ਼ਿਆਦਾ ਅੱਛਾ ਸੀ, ਲੇਕਿਨ ਹਾਂ ਜੋ ਫੀਲਿੰਗਸ ਫੀਲ ਹੋਈਆਂ ਨੇ ਉਹ ਬਹੁਤ ਜ਼ਿਆਦਾ ਅੱਛੀਆਂ ਸੀ ਐਂਡ ਉਹ ਬਹੁਤ ਜ਼ਿਆਦਾ ਸਪੈਸ਼ਲ ਸੀ। ਐਂਡ ਮੈਂ ਸੋਚ ਰਹੀ ਸੀ ਕਿ ਜਦੋਂ ਉਹਨਾਂ ਦੇ ਮਤਲਬ ਜੋ ਸਿੰਗਰ ਨੇ ਜਦੋਂ ਉਹਨਾਂ ਘਰ ਆਏ ਹੋਣਗੇ, ਉਹਨਾਂ ਦੇ ਪਿੰਡ ਆਏ ਹੋਣਗੇ, ਐਂਡ ਸਿੱਧੂ ਮੂਸੇਵਾਲੇ ਜੀ ਦੇ ਜੋ ਫਾਦਰ ਨੇ ਉਹਨਾਂ ਦਾ ਕੀ ਰਿਐਕਸ਼ਨ ਹੋਏਗਾ ਐਂਡ ਕਿੰਨੀ ਉਹਨਾਂ ਨੂੰ ਬੜੇ ਨਾ ਖੁਸ਼ ਸਨ। ਮੈਂ ਦੇਖ ਗੱਲਾਂ ਜਿੱਦਾਂ ਕਹੀ ਹੱਸ ਹੱਸ ਕੇ ਗੱਲਾਂ ਕਰ ਰਹੇ ਸਨ ਦੋਨੋਂ ਹੀ, ਏਦਾਂ ਲੱਗ ਰਹੇ ਸੀ ਕਿ ਜਿਵੇਂ ਬਹੁਤ ਦੋਸਤ ਨੇ ਇੱਕ ਦੂਜੇ ਦੇ ਨਾ। ਸੋ ਓਵਰਆਲ ਵੀਡੀਓ ਜੋ ਹੈ ਕਾਫੀ ਜ਼ਿਆਦਾ ਇਮੋਸ਼ਨਲ ਸੀ ਕਿ ਅਗਰ ਸਿੱਧੂ ਮੂਸੇਵਾਲਾ ਜੀ ਹੁੰਦੇ ਤੇ ਫਿਰ ਵੀਡੀਓ ਹੋਰ ਹੀ ਚੀਜ਼ ਹੋਣੀ ਸੀ, ਗਾਣਾ ਹੋਰ ਹੀ ਚੀਜ਼ ਹੋਣਾ ਸੀ ਕਿ ਨੋ ਡਾਊਟ ਕਿ ਉਹਦੇ ਵਿੱਚ ਜੋ ਹੈ ਸਿੱਧੂ ਮੂਸੇਵਾਲਾ ਜੀ ਵੀ ਚਾਹੇ ਇੱਕ ਅੱਧੀ ਹੀ ਲਾਈਨ ਐਡ ਕਰਦੇ ਜ਼ਰੂਰ ਕਰਨਾ ਸੀ ਕਿ ਉਹ ਇੰਨੀ ਦੂਰੋਂ ਉਹਨਾਂ ਦੇ ਪਿੰਡ ਆਏ ਨੇ, ਉਹਨਾਂ ਦੇ ਘਰ ਆਏ ਨੇ ਗਾਣਾ ਸ਼ੂਟ ਕਰਨ ਵਾਸਤੇ। ਬਿਲਕੁਲ, ਔਰ ਇਹ ਚੀਜ਼ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਿੱਧੂ ਮੂਸੇਵਾਲਾ ਜੀ ਚਲੇ ਗਏ ਨੇ ਇਸ ਦੁਨੀਆਂ ਤੋਂ, ਲੇਕਿਨ ਫਿਰ ਵੀ ਉਹਨਾਂ ਨੂੰ ਜੋ ਹੈ ਇੰਨਾ ਪਿਆਰ ਦਿੱਤਾ ਜਾ ਰਿਹਾ। ਹੁਣ ਉਹਨਾਂ ਨੂੰ ਗਏ ਦਿਆਂ ਕਾਫੀ ਟਾਈਮ ਹੋ ਚੁੱਕਿਆ, ਲੇਕਿਨ ਫਿਰ ਵੀ ਅੱਜ ਵੀ ਲੋਕ ਉਹ ਲਿਰਿਕਸ ਨੇ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ ਮੈਂ ਮੂਸੇ ਪੇਲੇ ਲਾਤੇ ਨਹੀਂ ਹੈ ਨਾ, ਤੇ ਉਹ ਬੰਬੇ ਬੁੰਬੇ ਵਾਲੇ ਮੈਂ ਕਹਿੰਦਾ ਪਤਾ ਨਹੀਂ ਕਿਹੜੇ ਹਾਲੀਵੁੱਡ ਤੇ ਬਾਲੀਵੁੱਡ ਵਾਲੇ ਵੀ ਆ ਰਹੇ ਨੇ। ਸੋ ਆਈ ਹੋਪ ਕਿ ਆਪ ਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ। ਸੋ ਪਲੀਜ਼ ਗਾਈਸ ਚੈਨਲ ਨੂੰ ਇਸੇ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰੋ। ਮਿਲਦੇ ਹਾਂ ਇੱਕ ਨਈ ਵੀਡੀਓ ਚ, ਉਦੋਂ ਤੱਕ ਲਈ ਅੱਲਾ ਹਾਫਿਜ਼।